ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਇੱਕ ਕੁਐਸਚਨ ਆਮ ਫਾਰਮਰਸ ਦੁਆਰਾ ਪੁੱਛਿਆ ਜਾ ਰਿਹਾ ਕਿ ਨੀਮ ਕੋਟਡ ਯੂਰੀਆ ਅਤੇ ਦੂਸਰੀ ਯੂਰੀਆ ਦੇ ਵਿੱਚ ਕੀ ਫਰਕ ਹੁੰਦਾ, ਕਿਹੜੀ ਯੂਰੀਆ ਅਸੀਂ ਪ੍ਰਯੋਗ ਵਿੱਚ ਲਿਆਈਏ। ਇਸ ਵੀਡੀਓ ਦੇ ਰਾਹੀਂ ਮੈਂ ਤੁਹਾਨੂੰ ਇਸ ਦੇ ਬਾਰੇ ਦੱਸਣ ਦੀ ਕੋਸ਼ਿਸ਼ ਕਰਾਂਗਾ, ਲੇਕਿਨ ਸਭ ਤੋਂ ਪਹਿਲਾਂ ਇਸ ਨੂੰ ਜਾਣਨ ਦੇ ਲਈ ਸਾਡੇ ਲਈ ਇੱਕ ਸਟੋਰੀ ਸੁਣਨੀ ਜ਼ਰੂਰੀ ਹੋਏਗੀ ਕਿ ਯੂਰੀਆ ਨੂੰ ਬੂਟਾ ਖਾਂਦਾ ਕਿਸ ਤਰ੍ਹਾਂ ਅਤੇ ਕਿਸ ਪ੍ਰੋਸੈਸ ਦੇ ਵਿੱਚ ਜਿਹੜੀ ਹੈਗੀ ਨੀਮ ਕੋਟਡ ਯੂਰੀਆ ਕੰਮ ਕਰਦੀ ਹੈ। ਸ਼ੁਰੂ ਕਰਦੇ ਹਾਂ। ਦੁਨੀਆ ਭਰ ਦੇ ਵਿੱਚ ਨਾਈਟ੍ਰੋਜਨ ਦਾ ਸਸਤਾ ਸਾਧਨ ਯੂਰੀਆ ਵਰਤੀ ਜਾਂਦੀ ਹੈ, ਸਭ ਤੋਂ ਵੱਧ ਮਾਤਰਾ ਦੇ ਵਿੱਚ ਵਰਤੀ ਜਾਂਦੀ ਹੈ। ਜਦੋਂ ਅਸੀਂ ਯੂਰੀਆ ਨੂੰ ਖੇਤ ਦੇ ਵਿੱਚ ਪਾਉਂਦੇ ਹਾਂ, ਸਭ ਤੋਂ ਪਹਿਲਾਂ ਪਾਣੀ ਦੇ ਨਾਲ ਕਿਰਿਆ ਕਰਕੇ ਯੂਰੀਆ ਇੱਕ ਯੂਰੇਸ ਇੰਜਾਈਮ ਦੇ ਥਰੋ ਹਾਈਡਰੋਲਾਈਜ਼ਡ ਹੁੰਦੀ ਹੈ। ਹਾਈਡਰੋਲਾਈਜ਼ ਹੋ ਕੇ ਅਮੋਨੀਆ ਆਇਨ ਬਣਦਾ ਹੈ। ਹੁਣ ਅਮੋਨੀਆ ਆਇਨ ਦੇ ਉੱਪਰ ਇੱਕ ਬੈਕਟੀਰੀਆ ਕੰਮ ਕਰਦਾ ਜਿਹਨੂੰ ਨਾਈਟ੍ਰੋਸੋਮੋਨਾਸ ਬੈਕਟੀਰੀਆ ਕਹਿੰਦੇ ਹੈ, ਅਤੇ ਉਹ ਇਹਨੂੰ ਨਾਈਟ੍ਰਾਈਟ ਦੇ ਵਿੱਚ ਬਦਲਦਾ ਹੈ। ਨਾਈਟ੍ਰਾਈਟ ਤੋਂ ਬਾਅਦ ਦੇ ਵਿੱਚ ਇਹਦੇ ਵਿੱਚ ਇੱਕ ਨਾਈਟ੍ਰੋਬੈਕਟਰ ਨਾਮ ਦਾ ਬੈਕਟੀਰੀਆ ਕੰਮ ਕਰਦਾ ਜਿਹੜਾ ਇਹਨੂੰ ਨਾਈਟ੍ਰੇਟ 'ਚ ਬਦਲਦਾ ਹੈ। ਅਤੇ ਇਹ ਸਾਰੇ ਬੈਕਟੀਰੀਆ ਜਿਹੜੇ ਹੈਗੇ ਆ ਇਹ ਬੈਕਟੀਰੀਏਸੀ ਫੈਮਿਲੀ ਦੇ ਤੋਂ ਬਿਲੋਂਗ ਕਰਦੇ ਹੈ, ਅਤੇ ਇਹਨਾਂ ਨੂੰ ਨਾਈਟ੍ਰੀਫਿਕੇਸ਼ਨ ਬੈਕਟੀਰੀਆ ਵੀ ਕਹਿੰਦੇ ਹੈ। ਕਹਿਣ ਦਾ ਮਤਲਬ ਕਿ ਇਹ ਦੋ ਤਿੰਨ ਚੱਕਰਾਂ ਦੇ ਵਿੱਚੋਂ ਲੰਘ ਕੇ ਤੁਹਾਡੀ ਜਿਹੜੀ ਹੈਗੀ ਹੈ ਯੂਰੀਆ ਬੂਟੇ ਦੇ ਖਾਣ ਦੇ ਲਈ ਬਣੀ ਹੈ। ਜ਼ਿਆਦਾਤਰ ਬੂਟੇ ਜਿਹੜੇ ਹੈਗੇ ਆ ਨਾਈਟ੍ਰੋਜਨ ਨੂੰ ਨਾਈਟ੍ਰੇਟ ਦੇ ਵਿੱਚ ਲੈਣਾ ਪਸੰਦ ਕਰਦੇ ਆ, ਪਰੰਤੂ ਇੱਕ ਝੋਨਾ ਇੱਕ ਇਹੋ ਜਿਹੀ ਫਸਲ ਹੈ ਜਿਹੜਾ ਕਿ ਅਮੋਨੀਆ ਫਾਰਮ ਦੇ ਵਿੱਚ ਵੀ ਉਹਨੂੰ ਖਾ ਲੈਂਦਾ ਹੈ। ਕੁਛ ਬੰਦੇ ਵੀਡੀਓ ਪਾ ਕੇ ਇਹ ਗੱਲਾਂ ਦੱਸ ਰਹੇ ਆ ਕਿ ਵੀ ਯੂਰੀਆ ਜਦੋਂ ਪਾਉਣੇ ਉੱਪਰ ਉੱਡਦੀ ਪੱਤਿਆਂ ਨਹੀਂ ਖਾਂਦਾ, ਉਹ ਸਭ ਝੂਠ ਹੈ। ਇਕੱਲਾ ਜਿਹੜਾ ਹੈਗਾ ਪੈਡੀ ਹੈਗਾ ਉਹ ਅਮੋਨੀਆ ਫਾਰਮ 'ਚ ਖਾਣੀ ਪਸੰਦ ਕਰਦਾ, ਉਹ ਵੀ ਜੜ ਰਹੀ, ਅਤੇ ਬਾਕੀ ਬੂਟੇ ਨਾਈਟ੍ਰੇਟ ਫਾਰਮ ਨੂੰ ਜ਼ਿਆਦਾ ਪਸੰਦ ਕਰਦੇ ਆ। ਹੁਣ ਕਈ ਵਾਰੀ ਕੀ ਹੁੰਦਾ ਕਿ ਇਹ ਜਿਹੜਾ ਪ੍ਰੋਸੈਸ ਹੈਗਾ ਹੈ ਇਹ ਪਹਿਲਾਂ ਅਮੋਨੀਆ ਆਇਨ ਫਿਰ ਨਾਈਟ੍ਰਾਈਟ ਫਿਰ ਨਾਈਟ੍ਰੇਟ, ਇਹ ਬੜੀ ਤੇਜ਼ੀ ਦੇ ਨਾਲ ਯੂਰੀਆ ਦਾ ਘਟ ਜਾਂਦਾ ਹੈ। ਬੜੀ ਤੇਜ਼ੀ ਦੇ ਨਾਲ ਘਟਣ ਦੇ ਕਰਕੇ ਕੀ ਹੁੰਦਾ ਹੈ ਕਿ ਜਿਹੜੀ ਸਭ ਤੋਂ ਪਹਿਲਾਂ ਜਦੋਂ ਹਾਈਡਰੋਲਾਈਜ਼ ਹੁੰਦਾ ਇਹ ਤਾਂ ਉਦੋਂ ਟੈਂਪਰੇਚਰ 25 ਡਿਗਰੀ ਤੋਂ ਜ਼ਿਆਦਾ, ਤਾਂ ਤੁਹਾਡੀ ਕੁਛ ਨਾਈਟ੍ਰੋਜਨ ਇਹ ਆਸਮਾਨ ਦੇ ਵਿੱਚ ਐਟਮੋਸਫੀਅਰ ਦੇ ਵਿੱਚ ਚਲੀ ਜਾਂਦੀ ਹੈ ਅਤੇ ਉੱਪਰ ਦੇ ਵਾਤਾਵਰਣ ਨੂੰ ਵੀ ਖਰਾਬ ਕਰਦੀ ਹੈ ਅਤੇ ਉਹ ਉੱਪਰ ਚਲੀ ਜਾਂਦੀ ਹੈ। ਬਾਕੀ ਕੁਛ ਮਿੱਟੀ ਦੇ ਕਣਾਂ ਦੇ ਉੱਪਰ ਵੱਧ ਜਾਂਦੀ ਹੈ, ਕੁਛ ਲੀਚ ਡਾਊਨ ਹੋ ਕੇ ਜ਼ਮੀਨ ਦੇ ਵਿੱਚ ਚਲੀ ਜਾਂਦੀ ਹੈ। ਆ ਜਿਹੜੇ ਵੀ ਤੁਹਾਨੂੰ ਪਾਣੀ ਦੇ ਅੱਗੇ ਅੱਗੇ ਯੂਰੀਆ ਪਾਉਣ ਨੂੰ ਕਹਿ ਰਹੇ ਆ ਉਹ ਧਿਆਨ ਨਾਲ ਸੁਣ ਲੈਣ ਕਿ ਜਿਹੜੀ ਲੀਚ ਡਾਊਨ ਹੋ ਕੇ ਥੱਲੇ ਚਲੀ ਜਾਂਦੀ ਹੈ ਉਹ ਗਰਾਊਂਡ ਵਾਟਰ ਦੇ ਵਿੱਚ 2 ਸਾਲ 4 ਸਾਲ 5 ਸਾਲ ਦੇ ਵਿੱਚ ਜਾ ਕੇ ਪੀਣ ਵਾਲੇ ਪਾਣੀ ਦੇ ਵਿੱਚ ਮਿਲ ਜਾਂਦੀ ਹੈ। ਤਾਂ ਪੀਣ ਵਾਲੇ ਪਾਣੀ ਦੇ ਵਿੱਚ ਜਦੋਂ ਇਹ ਨਾਈਟ੍ਰੇਟ ਬਦਲ ਗਿਆ ਮਿਲ ਗਿਆ ਤਾਂ ਉਸ ਤੋਂ ਬਾਅਦ ਦੇ ਵਿੱਚ ਉਹਨੂੰ ਤੁਸੀਂ ਜਿਹੜਾ ਮਰਜ਼ੀ ਫਿਲਟਰ ਲਾ ਲਓ ਉਹਨੂੰ ਅੱਡ ਨਹੀਂ ਕਰ ਸਕਦੇ, ਉਹਨੂੰ ਪਾਣੀ ਦੇ ਵਿੱਚੋਂ ਅੱਡ ਕਰਨਾ ਬਹੁਤ ਔਖਾ ਕੰਮ ਹੈ। ਅਤੇ ਇਹਦੇ ਨਾਲ ਇੱਕ ਡਿਜ਼ੀਜ਼ ਹੁੰਦੀ ਹੈ ਜਿਹਨੂੰ ਕਿ ਬਲਿਊ ਬੇਬੀ ਸਿੰਡਰੋਮ ਕਹਿੰਦੇ ਹੈ। ਇਹ ਬਿਮਾਰੀ ਜਿਹਦੇ ਮੈਂ ਤੁਹਾਨੂੰ ਫੋਟੋ ਵੀ ਇੱਥੇ ਦਿਖਾਈ ਆ, ਇਹਦਾ ਇੱਕ ਮੁੱਖ ਕਾਰਨ ਹੈਗਾ ਪਾਣੀ ਨੂੰ ਜਿਹੜਾ ਹੈਗਾ ਨਾਈਟ੍ਰੇਟ ਦੇ ਨਾਲ ਪਲੂਟਡ ਹੋਣਾ। ਇਹਦੇ ਨਾਲ ਕੀ ਹੁੰਦਾ ਕਿ ਜਿਹੜਾ ਸਾਡੇ ਸਰੀਰ 'ਚ ਲਾਲ ਕਣ ਹੈਗੇ ਆ ਜਿਹਨੂੰ ਹੈਮੀਓਗਲੋਬਿਨ ਕਹਿੰਦੇ ਆ, ਉਹ ਮੈਟ ਹੈਮੀਓਗਲੋਬਿਨ ਦੇ ਵਿੱਚ ਬਦਲ ਜਾਂਦੇ ਆ। ਉਹਦੇ ਕਰਕੇ ਲਾਲ ਕਣਾਂ ਦੀ ਆਕਸੀਜਨ ਕੈਰੀ ਕਰਨ ਦੀ ਕੈਪੈਸਿਟੀ ਘੱਟ ਜਾਂਦੀ ਹੈ, ਜਿਹਦੇ ਕਰਕੇ ਸਾਡੇ ਸਰੀਰ ਦੇ ਜਿਹੜੇ ਕਿਨਾਰੇ ਹੈ ਪੈਰਾਂ ਦੀਆਂ ਉਂਗਲਾਂ ਹੱਥਾਂ ਦੀਆਂ ਉਂਗਲਾਂ ਜੀਭ ਅੱਖਾਂ ਇਹਨਾਂ ਨੂੰ ਜਿਹੜਾ ਹੈਗਾ ਆਕਸੀਜਨ ਘੱਟ ਮਿਲਦੀ ਹੈ, ਜਿਹਦੇ ਕਰਕੇ ਇਹ ਨੀਲੇ ਪੈ ਜਾਂਦੇ ਆ ਅਤੇ ਕਈ ਵਾਰੀ ਜਿਹੜਾ ਹੈਗਾ ਇਹ ਬੇਹੋਸ਼ੀ ਦੀ ਹਾਲਤ ਵੀ ਹੋ ਜਾਂਦੀ ਹੈ ਅਤੇ ਕਈ ਬੱਚਿਆਂ ਦੀ ਇਹ 'ਚ ਮੌਤ ਵੀ ਹੋ ਜਾਂਦੀ ਹੈ। ਤਾਂ ਇਹ ਧਿਆਨ ਰੱਖਿਓ ਜੋ ਕਿ ਜਿਵੇਂ ਤੁਸੀਂ ਇਹ ਕੁਛ ਲੋਕਾਂ ਦੇ ਕਹਿਣ 'ਤੇ ਅਗਲੇ ਪਾਸੇ ਯੂਰੀਆ ਪਾ ਦਿੰਦੇ ਹੋ ਵੀ ਤੁਸੀਂ ਇੱਥੋਂ ਤੱਕ ਜਾ ਕੇ ਆਪਣੇ ਆਪ ਨੂੰ ਖਤਮ ਕਰ ਰਹੇ ਹੋ, ਤਾਂ ਇਹ ਸਾਰੀ ਚੀਜ਼ ਨੂੰ ਦੇਖਦੇ ਹੋਏ ਰਿਸਰਚ ਕੀਤੀ ਗਈ ਅਤੇ ਇਹ ਦੇਖਿਆ ਗਿਆ ਕਿ ਵੱਖ ਵੱਖ ਹਾਲਾਤਾਂ ਦੇ ਵਿੱਚ ਨਾਈਟ੍ਰੋਜਨ ਯੂਜ਼ ਐਫੀਸ਼ੈਂਸੀ ਜਿਹੜੀ ਸੀਗੀ, ਮਤਲਬ ਕਿ ਯੂਰੀਆ ਤੋਂ ਜਿਹੜੀ ਨਾਈਟ੍ਰੋਜਨ ਨੂੰ ਵਰਤਣ ਦੀ ਰਿਕਵਰੀ ਸੀਗੀ ਕਿ ਬੂਟਾ ਖਾਂਦਾ ਕਿੰਨਾ ਹੈ, ਤਾਂ ਵੱਖ ਵੱਖ ਰਿਸਰਚ 'ਚੋਂ ਪਤਾ ਲੱਗਿਆ ਕਿ ਬੂਟਾ ਕੇਵਲ 20 ਤੋਂ 50% ਤੱਕ ਹੀ ਜਿਹੜੀ ਨਾਈਟ੍ਰੋਜਨ ਹੈਗੀ ਹੈ ਯੂਰੀਆ ਦੀ ਉਹਨੂੰ ਖਾ ਪਾਉਂਦਾ, ਬਾਕੀ ਦੀ ਜਿਹੜੀ ਹੈਗੀ ਜਾਂ ਆਸਮਾਨ 'ਚ ਉੱਡ ਜਾਂਦੀ ਹੈ ਜਾਂ ਜ਼ਮੀਨ ਦੇ ਥੱਲੇ ਚਲੀ ਜਾਂਦੀ ਹੈ ਅਤੇ ਜਿਹਦੇ ਕਰਕੇ ਹੋਰ ਗਾਂ ਜਾ ਕੇ ਨੁਕਸਾਨ ਹੁੰਦੇ ਹੈ। ਤਾਂ ਇਸ ਚੀਜ਼ ਨੂੰ ਧਿਆਨ 'ਚ ਰੱਖਦੇ ਹੋਏ ਇਸ ਚੀਜ਼ 'ਤੇ ਵਰਕ ਕੀਤਾ ਗਿਆ, ਤਾਂ ਕੁਛ ਜਿਹੜਾ ਚੀਜ਼ਾਂ ਕੁਛ ਕੈਮੀਕਲ ਪਾਏ ਗਏ
ਲੱਭੇ ਗਏ ਉਹਨਾਂ ਕੈਮੀਕਲਸ ਨੂੰ ਅਸੀਂ ਜਿਹੜਾ ਹੈਗਾ ਇਨਹਿਬੀਟਰਸ ਕਹਿੰਦੇ ਹਾਂ, ਜਿਹੜੇ ਕਿ ਇਸ ਪ੍ਰੋਸੈਸ ਨੂੰ ਨਾਈਟ੍ਰੀਫਿਕੇਸ਼ਨ ਇਨਹਿਬੀਟਰਸ, ਜਿਹੜੇ ਕਿ ਨਾਈਟ੍ਰੀਫਿਕੇਸ਼ਨ ਦਾ ਪ੍ਰੋਸੈਸ ਸੀਗਾ ਜਿਸ 'ਚ ਇਹ ਨਾਈਟ੍ਰੇਟ ਬਣੀ ਸੀ, ਨਾਈਟ੍ਰੇਟ ਤੋਂ ਗਾ ਨਾਈਟ੍ਰਾਈਟ ਬਣੀ ਸੀਗੀ, ਉਹ ਸਾਰੇ ਪ੍ਰੋਸੈਸ ਨੂੰ ਰੋਕ ਦਿੰਦੇ ਹੈ। ਇਹ ਜਿਹੜੇ ਇਨਹਿਬੀਟਰਸ ਇਹ ਕੀ ਕਰਦੇ ਆ ਕਿ ਸਭ ਤੋਂ ਪਹਿਲਾਂ ਤਾਂ ਜਿਹੜੀ ਯੂਰੀਆ ਹਾਈਡਰੋਲਾਈਜ਼ ਹੁੰਦੀ ਹੈ ਉਸ ਨੂੰ ਰੋਕ ਦਿੰਦੇ ਆ, ਉਸ ਤੋਂ ਬਾਅਦ ਦੇ ਵਿੱਚ ਜਿਹੜੇ ਦੋਨੋਂ ਬੈਕਟੀਰੀਆ ਹੈਗੇ ਆ ਉਹਨਾਂ ਦੇ ਕੰਮ ਕਰਨ ਦੀ ਸ਼ਕਤੀ ਘਟਾ ਦਿੰਦੇ ਆ। ਮੈਂ ਪਹਿਲਾਂ ਦੱਸਣਾ ਭੁੱਲ ਗਿਆ ਸੀ, ਤੁਹਾਨੂੰ ਇੱਥੇ ਦੱਸ ਦੇਵਾਂ ਕਿ ਇਹ ਜਿਹੜੇ ਬੈਕਟੀਰੀਆ ਇਹ ਐਰੋਬਿਕ ਬੈਕਟੀਰੀਆ ਜਿਹੜੇ ਕਿ ਆਕਸੀਜਨ ਮਿਲਣ 'ਤੇ ਹੀ ਕੰਮ ਕਰਦੇ ਆ। ਤਾਂ ਇਸ ਟਾਈਮ 'ਤੇ ਕੀ ਹੁੰਦਾ ਹੈ ਕਿ ਇਹਦੇ ਵਿੱਚ ਕੁਝ ਕੈਮੀਕਲ ਵਰਤੇ ਜਾਂਦੇ ਆ, ਨਾਈਟ੍ਰਾਪਾਇਰੀਨ ਇੱਕ ਕੈਮੀਕਲ ਹੈ, ਡਾਈਸਾਈਨ ਡਾਇਆਮਾਈਡ ਇੱਕ ਕੈਮੀਕਲ ਹੈ, ਅਮੋਨੀਅਮ ਥਾਇਓਸਲਫੇਟ ਇੱਕ ਕੈਮੀਕਲ ਹੈ, ਪਰੰਤੂ ਇਹ ਕੈਮੀਕਲ ਬਹੁਤ ਜ਼ਿਆਦਾ ਮਹਿੰਗੇ ਹੈ, ਜਿਨ੍ਹਾਂ ਨੂੰ ਅਸੀਂ ਖੇਤ ਦੇ ਵਿੱਚ ਪਾਵਾਂਗੇ ਤਾਂ ਸਾਡੇ ਲਈ ਉਹ ਬਹੁਤ ਕੋਸਟਲੀ ਪੈਣਗੇ। ਇਸ ਕਰਕੇ ਜੇ ਇਸ ਕੰਮ ਦੇ ਲਈ ਜਿਹੜਾ ਹੈਗਾ ਨੀਮ ਓਇਲ ਜਾਂ ਨੀਮ ਖਲ, ਨੀਮ ਕੇਕ ਜਾਂ ਨੀਮ ਓਇਲ ਨੂੰ ਵਰਤਿਆ ਜਾਂਦਾ, ਨਿੰਮ ਦਾ ਤੇਲ ਜਾਂ ਨਿੰਮ ਦੀ ਖਲ ਨੂੰ ਵਰਤਿਆ ਜਾਂਦਾ। ਅਤੇ ਸਾਇੰਟੀਫਿਕਲੀ ਇਹ ਸਿੱਧ ਹੋ ਚੁੱਕਾ ਹੈ ਕਿ ਨਿੰਮ ਦਾ ਤੇਲ ਜਾਂ ਨਿੰਮ ਦੀ ਜਿਹੜੀ ਖਲ ਹੈਗੀ ਹੈ ਉਹ ਜਿਹੜਾ ਹੈਗਾ ਨਾਈਟ੍ਰੀਫਿਕੇਸ਼ਨ ਦਾ ਜਿਹੜਾ ਪ੍ਰੋਸੈਸ ਹੈਗਾ ਉਸ ਨੂੰ ਰੋਕਣ ਦੇ ਵਿੱਚ ਕਾਮਯਾਬ ਹੁੰਦਾ ਹੈ। ਅਤੇ ਜਦੋਂ ਇਹ ਇਸ ਨੂੰ ਰੋਕਦਾ ਹੈ ਤਾਂ ਫਿਰ ਕੀ ਹੁੰਦਾ ਹੈ ਕਿ ਯੂਰੀਆ ਦਾ ਪਹਿਲਾਂ ਹਾਈਡਰੋਲਾਈਸਿਸ ਜਿਹੜਾ ਹੈਗਾ ਬਹੁਤ ਹੌਲੀ ਹੁੰਦਾ ਹੈ, ਅਤੇ ਬਾਕੀ ਕਿਰਿਆਵਾਂ ਵੀ ਬਹੁਤ ਹੌਲੀ ਹੌਲੀ ਹੁੰਦੀਆਂ ਹੈ। ਜਿਹੜੀ ਯੂਰੀਆ ਨੇ ਇੱਕ ਥੋੜ੍ਹੇ ਜਿਹੇ ਟਾਈਮ ਦੇ ਵਿੱਚ ਲਿਮਿਟਡ ਟਾਈਮ ਦੇ ਵਿੱਚ ਬਦਲ ਜਾਣਾ ਸੀਗਾ ਨਾਈਟ੍ਰੇਟ ਦੇ ਵਿੱਚ, ਉਹ ਯੂਰੀਆ ਇੱਕ ਲੰਮੇ ਟਾਈਮ ਤੱਕ ਖੇਤ ਦੇ ਵਿੱਚ ਹੌਲੀ ਹੌਲੀ ਕਰਕੇ ਬੂਟਿਆਂ ਨੂੰ ਮਿਲਦੀ ਰਹਿੰਦੀ ਹੈ, ਜਿਹਦੇ ਕਰਕੇ ਜਦੋਂ ਬੂਟੇ ਨੂੰ ਲਗਾਤਾਰ ਨਾਈਟ੍ਰੋਜਨ ਦੀ ਸਪਲਾਈ ਮਿਲਦੀ ਹੈ ਤਾਂ ਬੂਟਾ ਜਿਹੜਾ ਹੈਗਾ ਤੁਹਾਡਾ ਜ਼ਿਆਦਾ ਹੈਲਦੀ ਹੁੰਦਾ ਹੈ। ਅਤੇ ਇਹਦੇ ਨਾਲ ਜਿਹੜਾ ਹੈਗਾ ਬੂਟਿਆਂ ਦਾ ਝਾੜ ਵੱਧਦਾ ਹੈ, ਝਾੜ ਵਧਣ ਦੇ ਉੱਪਰ ਬਕਾਇਦਾ ਰਿਸਰਚ ਕੀਤੀ ਗਈ ਹੈ, ਬਕਾਇਦਾ ਵਿਧਾਨ ਸਭਾ ਦੇ ਵਿੱਚ ਮੰਤਰੀ ਨੇ ਬੋਲ ਕੇ ਦੱਸਿਆ ਹੈਗਾ ਕਿ ਰਿਸਰਚ ਦੇ ਦੌਰਾਨ ਝੋਨੇ ਦਾ ਝਾੜ 5.79%, ਗੰਨੇ ਦਾ ਝਾੜ 17.5%, ਮੱਕੀ ਦਾ ਝਾੜ 7.14% ਜਿਹੜਾ ਹੈਗਾ ਵਧਿਆ ਹੈ। ਅਤੇ ਨਾਲ ਹੀ ਨਾਲ ਜਿਹੜਾ ਥੱਲੇ ਜ਼ਮੀਨ ਦੇ ਪਾਣੀ ਦੇ ਵਿੱਚ ਨਾਈਟ੍ਰੇਟ ਦੀ ਕੰਟੈਮੀਨੇਸ਼ਨ ਸੀਗੀ ਉਹ ਵੀ ਇਹਦੇ ਨਾਲ ਘਟਦੀ ਹੈ। ਇਹ ਇੱਕ ਨੈਚੁਰਲ ਇਨਸੈਕਟੀਸਾਈਡ ਹੈ ਜਿਹੜਾ ਕਿ ਨਾਲ ਇਹ ਇਨਸੈਕਟੀਸਾਈਡ ਦਾ ਕੰਮ ਵੀ ਖੇਤ ਦੇ ਵਿੱਚ ਕਰਦਾ ਹੈ। ਇਹਦੇ ਨਾਲ ਇੱਕ ਹੋਰ ਫਾਇਦਾ ਹੋ ਗਿਆ ਕਿ ਨਿੰਮ ਦੇ ਬੀਆਂ ਦੀ, ਨਿੰਮ ਦੇ ਬੀਜ ਦੀ ਜਿਹੜੀ ਹੈਗੀ ਡਿਮਾਂਡ ਵਧੀ ਹੈ, ਜਿਸ ਕਰਕੇ ਸਾਡੇ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਇਸ ਸਮੇਂ ਨਿੰਮ ਦੀ ਪਲਾਂਟੇਸ਼ਨ ਚੱਲ ਰਹੀ ਹੈ। ਅਤੇ ਉਸ ਨਿੰਮ ਦੀ ਪਲਾਂਟੇਸ਼ਨ ਤੋਂ ਬਾਅਦ 'ਚ ਕਈ ਲੋਕਾਂ ਨੂੰ ਰੋਜ਼ਗਾਰ ਮਿਲਿਆ ਕਿਉਂਕਿ ਨਿੰਮ ਦਾ ਤੇਲ ਕੱਢਣ ਦੇ ਕਾਰਖਾਨੇ ਵੀ ਦੇਸ਼ ਦੇ ਵਿੱਚ ਲੱਗ ਰਹੇ ਹੈ। ਇੱਕ ਸਭ ਤੋਂ ਵੱਡਾ ਯੂਜ਼ ਜਿਹੜਾ ਪਹਿਲਾਂ ਹੋ ਰਿਹਾ ਸੀਗਾ ਤੁਹਾਡੀ ਯੂਰੀਆ ਦਾ, ਕਿ ਯੂਰੀਆ ਨੂੰ ਡੁਪਲੀਕੇਟ ਦੁੱਧ ਬਣਾਉਣ ਵਿੱਚ ਵਰਤਿਆ ਜਾਂਦਾ ਸੀਗਾ, ਲੇਕਿਨ ਨਿੰਮ ਕੋਟਡ ਯੂਰੀਆ ਮਾਰਕੀਟ 'ਚ ਆਉਣ ਨਾਲ ਇਹ ਤੋਂ ਡੁਪਲੀਕੇਟ ਦੁੱਧ ਬਣਨਾ ਮੁਸ਼ਕਲ ਹੋ ਗਿਆ। ਜਿਹੜੀ ਕਿਸਾਨਾਂ ਨੂੰ ਸਬਸਿਡੀ ਦੇ ਉੱਪਰ ਯੂਰੀਆ ਦਿੱਤੀ ਜਾਂਦੀ ਸੀਗੀ ਉਹ ਇਸ ਯੂਰੀਆ ਨੂੰ ਫੈਕਟਰੀ ਮਾਲਕ ਫੈਕਟਰੀਆਂ ਦੇ ਵਿੱਚ ਵੱਖ ਵੱਖ ਕੰਮਾਂ ਵਾਸਤੇ ਵਰਤ ਲੈਂਦੇ ਸੀਗੇ, ਲੇਕਿਨ ਜਦੋਂ ਤੋਂ ਨਿੰਮ ਕੋਟਡ ਯੂਰੀਆ ਹੋ ਗਈ ਉਸ ਤੋਂ ਬਾਅਦ 'ਚ ਇਹਦਾ ਉੱਧਰ ਉਪਯੋਗ ਜਿਹੜਾ ਸੀਗਾ ਉਹ ਬੰਦ ਹੋ ਗਿਆ, ਜਿਹਦੇ ਕਰਕੇ ਕਿਸਾਨ ਨੂੰ ਦਿੱਤੀ ਜਾਣ ਵਾਲੀ ਜਿਹੜੀ ਸਬਸਿਡੀ ਸੀ ਸਿੱਧੀ ਕਿਸਾਨ ਨੂੰ ਫਾਇਦਾ ਹੋਣ ਲੱਗ ਪਿਆ। ਇਹਨਾਂ ਸਾਰੀਆਂ ਚੀਜ਼ਾਂ ਨੂੰ ਹੀ ਧਿਆਨ 'ਚ ਰੱਖਦੇ ਹੋਏ, ਹੁਣ ਮੈਂ ਕਿਸੇ ਪਾਰਟੀ ਦੀ ਇਛਾਈ ਬੁਰਾਈ ਦੀ ਗੱਲ ਨਹੀਂ ਕਰ ਰਿਹਾ, ਜੋ ਕੰਮ ਕੀਤਾ ਉਹਦੀ ਗੱਲ ਕਰ ਰਿਹਾ। ਸਾਡੇ ਪ੍ਰਧਾਨ ਮੰਤਰੀ ਮਾਣਯੋਗ ਸ਼੍ਰੀ ਨਰਿੰਦਰ ਮੋਦੀ ਜੀ ਨੇ ਇਹ ਫਾਈਨਲ ਕੀਤਾ ਕਿ ਦੇਸ਼ ਦੇ ਵਿੱਚ ਜਿਹੜਾ ਹੈਗਾ ਕੇਵਲ ਨੀਮ ਕੋਟਡ ਯੂਰੀਆ ਹੀ ਵਰਤੀ ਜਾਏਗੀ। ਤਾਂ ਉਹਨਾਂ ਨੇ 24 ਮਾਰਚ 2015 ਨੂੰ ਇੱਕ ਕਾਨੂੰਨ ਦੇ ਰਾਹੀਂ ਦੇਸ਼ ਦੇ ਵਿੱਚ ਵਰਤੀ ਜਾਣ ਵਾਲੀ ਯੂਰੀਆ ਦਾ 75% ਹਿੱਸਾ ਫੈਕਟਰੀਆਂ ਨੂੰ ਕਿਹਾ ਕਿ ਨੀਮ ਕੋਟਡ ਹੋਣਾ ਚਾਹੀਦਾ ਹੈ, ਜਿਹਨੂੰ ਬਾਅਦ ਦੇ ਵਿੱਚ ਉਹਨਾਂ ਨੇ 25 ਮਈ 2015 ਨੂੰ 100% ਕਰ ਦਿੱਤਾ। ਹੁਣ ਤੁਹਾਨੂੰ ਬਾਜ਼ਾਰ ਦੇ ਵਿੱਚ ਜਿਹੜੀ ਵੀ ਯੂਰੀਆ ਮਿਲਦੀ ਹੈ ਉਹ ਸਾਰੀ ਨੀਮ ਕੋਟਡ ਯੂਰੀਆ ਹੈ। ਅਤੇ ਨੀਮ ਕੋਟਡ ਯੂਰੀਆ ਜਿਹੜੀ ਹੈਗੀ ਹੈ ਇਹ ਸਾਡੇ ਲਈ ਕਾਫੀ ਜ਼ਿਆਦਾ ਚੰਗੀ ਹੈ, ਸਾਡਾ ਝਾੜ ਵਧਾਉਂਦੀ ਹੈ ਅਤੇ ਇਹਦੇ ਨਾਲ ਸਾਡੀ ਯੂਰੀਆ ਦੀ ਖਪਤ ਵੀ ਘਟਦੀ ਹੈ। ਭਾਵੇਂ ਇਹ ਥੋੜ੍ਹੀ ਮਹਿੰਗੀ ਤਾਂ ਜ਼ਰੂਰ ਹੈ ਕਿ ਤੁਹਾਨੂੰ ਲੱਗਦਾ ਕਿ ਇਹਦਾ ਰੇਟ 5% ਦੂਸਰੀ ਦੇ ਨਾਲੋਂ ਜ਼ਿਆਦਾ ਹੈ, ਪਰੰਤੂ ਮਹਿੰਗੀ ਦੇ ਨਾਲ ਨਾਲ ਇਹ ਘੱਟ ਪਾਉਣੀ ਪੈਂਦੀ ਹੈ ਕਿਉਂਕਿ ਜਿਹੜੀ ਵੇਸਟੇਜ ਸੀ ਉਹ ਘੱਟਦੀ ਹੈਗੀ ਹੈ, ਪਾਣੀ ਪ੍ਰਦੂਸ਼ਿਤ ਹੋਣ ਤੋਂ ਬਚਦਾ ਹੈ ਅਤੇ ਇਹ ਸਾਡੇ ਲਈ ਲਾਭਦਾਇਕ ਹੈ। ਤਾਂ ਇਸ ਕਰਕੇ ਕਿਸਾਨ ਵੀਰਾਂ ਨੂੰ ਬੇਨਤੀ ਕਰਾਂਗਾ ਕਿ ਨੀਮ ਕੋਟਡ ਯੂਰੀਆ ਹੀ ਵਰਤਣ। ਜੇਕਰ ਬਾਜ਼ਾਰ ਦੇ ਵਿੱਚ ਹਜੇ ਵੀ ਨਿੰਮ ਤੋਂ ਰਹਿਤ ਯੂਰੀਆ ਮਿਲ ਰਹੀ ਹੈ ਤਾਂ ਉਸ ਨੂੰ ਖਰੀਦਣ ਦੀ ਬਜਾਏ ਨੀਮ ਕੋਟਡ ਯੂਰੀਆ ਖਰੀਦਣ। ਠੀਕ ਹੈ ਕਿ ਕਈ ਵਾਰੀ ਸ਼ੋਰਟੇਜ ਹੁੰਦੀ ਹੈ, ਉਹਦੇ ਵਿੱਚ ਸਾਡੇ ਕੋਲ ਚੁਆਇਸ ਨਹੀਂ ਹੁੰਦੀ,
ਪਰੰਤੂ ਜਦੋਂ ਚੁਆਇਸ ਹੋਵੇ ਤਾਂ ਥੋੜ੍ਹੀ ਮਹਿੰਗੀ ਜ਼ਰੂਰ ਹੈ ਪਰੰਤੂ ਨਿੰਮ ਕੋਟਡ ਯੂਰੀਆ ਹੀ ਵਰਤਣਾ ਤਾਂ ਕਿ ਉਹਦੇ ਨਾਲ ਤੁਹਾਡੀਆਂ ਫਸਲਾਂ ਦਾ ਝਾੜ ਵਧਾਇਆ ਜਾ ਸਕੇ ਅਤੇ ਕਾਫ਼ੀ ਜ਼ਿਆਦਾ ਚੰਗੀ ਚੀਜ਼ ਹੈ ਜਿਹਦੇ ਕਿ ਖੇਤਾਂ ਦੇ ਵਿੱਚ ਜਾਦੂ ਵਰਗੇ ਜਿਹੜਾ ਰਿਜ਼ਲਟ ਆਏ ਹੈ ਕਿਉਂਕਿ ਯੂਰੀਆ ਪਾਉਣੀ ਘੱਟ ਅਤੇ ਰਿਜ਼ਲਟ ਜ਼ਿਆਦਾ। ਤਾਂ ਦੋਸਤੋ ਬੇਨਤੀ ਕਰਾਂਗਾ ਕਿ ਜੇ ਜਿਹਨੇ ਵੀਡੀਓ ਦੇਖ ਲਈ ਹੈ ਇਸ ਵੀਡੀਓ ਨੂੰ ਲਾਈਕ ਕਰਨਾ ਅਤੇ ਅੱਗੇ ਵੀ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਵੱਧ ਤੋਂ ਵੱਧ ਕਿਸਾਨਾਂ ਤੱਕ ਪਹੁੰਚ ਸਕੇ ਅਤੇ ਜਿਹੜਾ ਕਿਸਾਨਾਂ ਦੇ ਮਨ ਦੇ ਵਿੱਚ ਨੀਮ ਕੋਟਡ ਯੂਰੀਆ ਅਤੇ ਦੂਸਰੀ ਯੂਰੀਆ ਦਾ ਵਹਿਮ ਹੈ ਉਹ ਦੂਰ ਹੋ ਸਕੇ ਅਤੇ ਘੱਟੋ ਘੱਟ ਉਹ ਯੂਰੀਆ ਦਾ ਪ੍ਰੋਸੈਸ ਸਾਰਾ ਸਮਝ ਸਕਣ। ਮਿਹਰਬਾਨੀ, ਧੰਨਵਾਦ ਦੋਸਤੋ।